ਹਾਂ ਜੀ ਦੋਸਤੋ, ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕਬੱਡੀ ਸਟਾਰ 7 ਤੇ। ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਅੱਜ ਕਿੱਥੇ ਕਿੱਥੇ ਕਬੱਡੀ ਕੱਪ ਹੋਣਗੇ। ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਅੱਜ ਦਾ ਪਹਿਲਾ ਕਬੱਡੀ ਕੱਪ ਪਿੰਡ ਸੀਲ ਜ਼ਿਲ੍ਹਾ ਮੋਹਾਲੀ, ਜਿੱਥੇ ਕਬੱਡੀ ਓਪਨ 3 ਵਾਰੋਂ ਪਹਿਲਾ ਇਨਾਮ 71,000, ਦੂਜਾ ਇਨਾਮ 51,000, ਬੈਸਟਾਂ ਨੂੰ 31,000 ਰੁਪਏ ਦਿੱਤੇ ਜਾਣਗੇ। ਇਸ ਤੋਂ ਅਗਲਾ ਕਬੱਡੀ ਕੱਪ ਪਿੰਡ ਮਨਸੂਰ ਦੇਵਾ, ਜਿੱਥੇ ਕਬੱਡੀ ਓਪਨ ਪਹਿਲਾ ਇਨਾਮ 81,000, ਦੂਜਾ ਇਨਾਮ 71,000, ਬੈਸਟਾਂ ਨੂੰ ਸੋਨੇ ਦੀਆਂ ਚੈਨਾਂ ਦਿੱਤੀਆਂ ਜਾਣਗੀਆਂ। ਅਗਲਾ ਮੈਚ ਪਿੰਡ ਖਾਈ ਜ਼ਿਲ੍ਹਾ ਮੋਗਾ, ਜਿੱਥੇ ਕਬੱਡੀ ਓਪਨ 2 ਵਾਰੋਂ ਪਹਿਲਾ ਇਨਾਮ 51,000, ਦੂਜਾ ਇਨਾਮ 41,000, ਬੈਸਟਾਂ ਨੂੰ 11,000 ਰੁਪਏ ਦਿੱਤੇ ਜਾਣਗੇ। ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ। ਕਬੱਡੀ ਦੀ ਹੋਰ ਅਪਡੇਟ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ।